ਸਤਿ ਸ੍ਰੀ ਅਕਾਲ ਵੀਰ ਜੀ ਮੈਂ ਥਾਰਾ ਗੱਲਾਂ ਗਲਾਕੜ ਪਰਮਜੀਤ ਦੇ ਲਾਡਾ ਲਾਡਾ ਡਿਸਕਸ਼ਨ ਜਿਹੜੀ ਪ੍ਰੋਗਰਾਮ ਕੇ ਵਿੱਚ ਮੈਂ ਕਰ ਰਿਹਾ ਸਾਰਿਆਂ ਕਾ ਨਿਗਾ ਸਵਾਗਤ ਔਰ ਅੱਜ ਕੀਆ ਬੜੀਆਂ ਖਬਰਾਂ ਥਾਰੇ ਬਾ ਕਰ ਰਿਹਾ ਸਾਜੀਆਂ ਔਰ ਪਹਿਲੀ ਖਬਰ ਦੇ ਉੱਪਰ ਨਿਗਾ ਮਾਰਾਂ ਆਪਣੇ ਪਾਪੇ ਪ੍ਰਕਾਸ਼ ਬਾਦਲ ਤੇ ਲੇਕਾ ਅਸੀਰਵਾਦ 100 ਦਿਨਾਂ ਖਾਤਰ ਪੰਜਾਬ ਕੀ ਯਾਤਰਾ ਪਰ ਨਿਕਲਿਆ ਯੋ ਸ਼ਖਬੀਰ ਬਾਦਲ ਹਰ ਕੱਲ ਕੀ ਯੋ ਖਬਰ ਯੋ ਕੈਲਿਓ ਵੀਰ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਅਰ ਮੈਨੂੰ ਇੱਕ ਬਾਤ ਯੋ ਵੀਡੀਓ ਦੇਖ ਕੇ ਸਮਝ ਨਹੀਂ ਆ ਰਹੀ ਕਿ ਕਿ ਤੋ ਮੀਡੀਆ ਵਾਲੇ ਲਿਖਾਂ ਬਹੁਤ ਕਮਾਲ ਕਮਾਲ ਦਾ ਯਾਤਰਾ ਪਾ ਨਿਕਲੇ ਸੁਖਵੀਰ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਕਰਨਗੇ ਪੰਜਾਬ ਦੇ ਵਿੱਚ ਮਾ ਯਾਤਰਾ ਸੁਖਵੀਰ ਸਿੰਘ ਬਾਦਲ 100 ਦਿਨਾਂ ਮਾ ਕੀ ਕਰੇਗੇ ਸੁਖਵੀਰ ਸਿੰਘ ਬਾਦਲ ਨੇ ਯੋ ਕੀ ਬੜਾ ਫੈਸਲਾ ਲੈ ਲਿਆ ਅਰ 10 ਯੋ ਬਾਦਲ ਸਾਹਿਬ ਤੇ ਅਸੀਰਬਾਦ ਲੈ ਰੇ ਵੀਡੀਓ ਪਾਈ ਵੀ ਅਸੀਰਬਾਦ ਲੰਦਿਆਂ ਕੀ ਹਰ ਮਨ ਨੂੰ ਤਾਂ ਨਿਉ ਲੱਗ ਰਾ ਵੀ ਬਾਦਲ ਤੇ ਅਸੀਰਬਾਦ ਲਿਆ ਅਰ ਬਾਪੂ ਬਾਦਲ ਨੇ ਯੋ ਵੀ ਪਤਾ ਨਹੀਂ ਕਹਤਿਆ ਹੋਵੇ ਵੀ ਜਾ ਪੁੱਤ ਜਾ ਕਾ ਯੋ ਜੋ ਕੁ ਸੋ ਰਿਆ ਨਾ ਪੰਜਾਬ ਕੇ ਵਿੱਚ ਮਾ ਯੋ ਕਦੇ ਬੀਬੀ ਬਾਦਲ ਨੂੰ ਘੇਰ ਕਾ ਖੜ ਜਾ ਕਦੇ ਬਿਕਰਮ ਮਜੀਠੀਏ ਨੂੰ ਘੇਰ ਕਾ ਖੜ ਜਾ ਯੋ ਕਿਸਾਨ ਬਈ ਸਾਰਾ ਲੋਡ ਤਾਂ ਨੰਨੀ ਛਾਂ ਕੇ ਉੱਪਰ ਨਾ ਪਾ ਮਾੜਾ ਮੋਟਾ ਲੋਡ ਡਾਇਵਰਟ ਕਰਕੇ ਆਪਣੇ ਵਾਲੇ ਪਾਸੇ ਨੂੰ ਵੀ ਲਿਆ ਹੈ ਯਾਤਰਾ ਨੂੰ ਦੱਸ ਵੀ ਕਿਆ ਉੱਥਾ ਬਨਵਾਸ ਪਾ ਚੜਿਆ ਹੈ ਯੋ ਲੀਡਰ ਲੀਡਰਾਂ ਦਾ ਕੰਮ ਗਿਆ ਹੋ ਆ ਵੀਰ ਹੈਂ ਅਰੇ ਬਾਪੂ ਬਾਦਲ ਯੋ ਤਾਂ ਉੱਥਾ ਅਸੀਰਵਾਦ ਲੈ ਕੇ ਚਲੇਗੇ ਦੱਸ ਵੀ ਉੱਥਾ ਅਸੀਰਵਾਦ ਲੈ ਕੇ ਪਹਿਲਾ ਯੋ ਕਿਸਾਨਾਂ ਦਾ ਯੋ ਜਿਹੜਾ ਕਾਨੂੰਨ ਯੋ ਪਾਸ ਕਰਾ ਤਿਆ ਫੇਰ ਕੈਨਸਲ ਕਰਾਣ ਮਾੜ ਗਏ ਅਸੀਫਾ ਦੇ ਤੇ ਆ ਪਾਰਟੀ ਛੱਡਤੀ ਕੈਬਨਿਟ ਹੀ ਛੱਡਤੀ ਈਵ ਕਹਿ ਰਹੇ ਕਾਨੂੰਨ ਚੰਗਾ ਨਹੀਂ ਦੱਸ ਲੋਕਾਂ ਨੂੰ ਕਿਆ ਸਮਝੇ ਤਾਂ ਹੀ ਦੇਖ ਲਿਆ ਫੇਰ ਤਾਂ ਹੀ ਜੀਰੇ ਦੇ ਵਿੱਚ ਮਾ ਯੋ ਕਹਿ ਲਓ ਵੀਰਾ ਸੁਖਵੀਰ ਸਿੰਘ ਬਾਦਲ ਕੱਲ ਉੱਥਾ ਪਹਿਲਾ ਦਿਨ 99 ਦਿਨ ਮਤਲਬ ਕਹਿ ਲਿਓ 99 ਦਿਨ ਯੋ ਹੋਏ ਤੇ ਕੱਲ আর ਕੱਲੇ ਦੇਖ ਲਓ ਘੇਰ ਲਿਆ ਕੱਲ ਉੱਥਾ ਸੁਖਵੀਰ ਬਾਦਲ ਨੂੰ ਚਲੋ ਖੈਰ ਇਹ ਬ ਇਸ ਦੇ ਉੱਪਰ ਆਪਾਂ ਕੀ ਕਹਿ ਸਕਾਂ ਪਰ ਇੱਕ ਸਵਾਲ ਮੈਂ ਥਾਰੇ ਬਾਝਰੂ ਪਾਵਾਂਗਾ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਬਈ ਝਾੜੂ ਪਾਰਟੀ ਦੇ ਵਲੰਟੀਅਰ ਜਿਤਨੇ ਵੀ ਉਨ੍ਹਾਂ ਬਾਸਤੇ ਇੱਕ ਬੜਾ ਸਵਾਲ ਵੀ ਜੇ ਕੇਜਰੀਵਾਲ ਨੇ ਭਗਵੰਤ ਮਾਨ ਦੀ ਜਗ੍ਹਾ ਸੀਐਮ ਦਾ ਚਿਹਰਾ ਕੋਈ ਹੋਰ ਐਲਾਨ ਕਰਤੀਆ ਉਸਤੇ ਬਾਅਦ ਭਗਵੰਤ ਮਾਨ ਪਾਰਟੀ ਦੇ ਖਿਲਾਫ ਹੋ ਤੁਰਿਆ ਤਾਂ थम किसके गैल खड़ेंगे केजरीवाल के गैल खड़ेंगे या भगवंत मान के गैल खड़ेंगे या इंकलाब के गैल खड़ेंगे किसके गैल खड़ेंगे ये जवाब थम जरूर दौ और कल तालिबान के बारे में पूछा था और कल मेरे एक वीर ने बहुत बढ़िया लिखा था तालिबान का मतलब क्या क्यों तालिबान कहा जा यो लिखया था बहुत वजिया लगे ता मैं अभी एक होर सवाल दे रहा थानू ਅਰ ਅਗਲੀ ਖਬਰ ਖੇਤੀ ਕਾਨੂੰਨਾਂ 'ਪਾ ਕਿਸਾਨਾਂ ਗਿਆ ਲਿਓ ਜਿਹੜੀਆਂ ਯੋ ਕਾ ਵੀ ਕੁਰਬਾਨੀਆਂ ਯੋ ਆਪਸਮਾ ਪੀੜ ਗਏ ਯੋ ਕਾਲੀਦਲ ਵਾਲੇ ਕਾਂਗਰਸ ਵਾਲੇ ਆਮ ਆਦਮੀ ਪਾਰਟੀ ਵਾਲੇ ਔਰ ਯੋ ਕੁਰਬਾਨੀਆਂ ਬਬਾ ਚੱਲ ਰੇ ਟੈਲੀਵਿਜ਼ਨ ਵਾਲੇ ਤੋਂ ਰੋਜ਼ ਚੌਣ ਖੜਾ ਕਹਿ ਕਹਿ ਕਾ ਇਹਨਾਂ ਨੂੰ ਸੱਦ ਲਾਂ ਲੀਡਰਾਂ ਨੂੰ ਯੋ ਸਾਰੇ ਨਾਂ ਤੋਂ ਕਾ ਜਾ ਚਿੱਟੇ ਕੁੱਕੜ ਯੋ ਮਤਲਬ ਕੁੜਤੇ ਪਜਾਮੇ ਪਾ ਕੇ ਆਰਾ ਚਿੱਟੇ ਚਿੱਟੇ ਬਣ ਕਾ ਆ ਜਾ ਵੀਰ ਉੱਥਾ ਸਟੂਡੀਓ ਮਾ ਫੇਰ ਦੇ ਤੇਰੇ ਕੀ ਦੇ ਤੇਰੇ ਕੀ ਔਰ ਯੋ ਟਾਈਮ ਦੱਸੋ ਵੀ ਇਹ ਕਿਸਾਨ ਜੱਥੇ ਬੰਦੇ ਗੈਲ ਖੜਨੇ ਵਾਲਾ ਇਹਨਾਂ ਨੂੰ ਯੋ ਨਹੀਂ ਪਤਾ ਹੈ ਉੱਥਾ ਬੈਸਵਾ ਜੀ ਇਸ ਤਰ੍ਹਾਂ ਚੱਲ ਰਹੀਆਂ ਕਾ ਟੋਕਲੇ ਸਾਪਣੇ ਨਿਆਣਿਆਂ ਨੂੰ ਬਾਹਰਲੇ ਮੁਲਕਾਂ ਮੈਂ ਸੈੱਟ ਕਰਾਈ ਜਾ ਰਹੇ ਹੈ ਪਤਾ ਤਾਂ ਜੱਦ ਲੱਗੇ ਜਦ ਅਫਗਾਨਿਸਤਾਨ ਦਾ ਰਾਸ਼ਟਰਪਤੀ ਜਿੱਤਰਾ ਯੋ ਦੇਖ ਲਿਓ ਵੀਰ ਅੱਡੀਆਂ ਨੂੰ ਲਾਗਾ ਥੁੱਕ ਤੌੜ ਗਿਆ ਔਰ ਜ਼ਮੀਨਾਂ ਵਿਚਾਲਿਓ ਹੋਂਦ ਵਿਚਾਲਿਓ ਲੜਾਈ ਚੱਲ ਰਹੀ ਔਰ ਕਿਸਾਨ ਮੋਰਚੇ ਕੇ ਗੈਰ ਇਹਨਾਂ ਨੂੰ ਅੱਜ ਖੜਨਾ ਬਣਾ ਆ ਰਿਓ ਯੋ ਕਹਿੰਦਾ ਸਟੂਡੀਓ ਮ ਆ ਕੇ ਆਪਣੀਆਂ ਦੇਖ ਲਿਓ ਵੀਰਾ ਯੋ ਕਹ ਹੈ ਗਰਮੀ ਕੱਢ ਰ ਇੱਕ ਦੂਏ ਕੇ ਉੱਪਰ 20 ਨੇ ਯੋ ਕਰਤਾ ਇਸ ਨੇ ਯੋ ਕਰਤਾ ਯੋ ਕੋ ਟਾਈਮ ਥੋੜੀ ਵੀਰ ਹੈ ਸਮਾ ਵਿਚਾਰ ਨੇ ਕੀ ਬਾਤ ਹੋਵਾ ਪਰ ਹੈ ਹੀ ਨਹੀਂ ਯੋ ਕਹਿ ਦੋ ਮਾਰੇ ਲੀਡਰ ਤੋਂ ਬਸ ਆਪਣੀ ਕੁਰਸੀ ਨੂੰ ਫੋਕਸ ਕਰਿਆ ਵਾ ਸਖਵੀਰ ਬਾਦਲ ਬਾ ਆਪਣੀ ਕੁਰਸੀ ਨੂੰ ਲੈ ਕੇ ਚੱਲ ਰਿਹਾ ਪੰਜਾਬ ਕੇ ਵਿੱਚ ਮਾਂ ਯਾਤਰਾ ਬਾ ਔਰ ਉਧਰ ਯੋ ਨਵਜੋ ਸਿੱਧੂ ਜਿੱਦਣ ਦਾ ਪ੍ਰਧਾਨ ਨਿਤਾ ਲਾਇਆ ਰੋ ਦਿੱਲੀ ਰੋ ਦਿੱਲੀ ਹੈਂ ਇਹ ਪ੍ਰਧਾਨ ਲਾਤੀਆ ਕਦੇ মিডিਆ ਸਲਾਹਕਾਰ ਲਾ ਲਿਆ ਕਦੇ ਸਲਾਹਕਾਰ ਲਾ ਲਿਆ ਪਤਾ ਨਹੀਂ ਕਾਂਗਰਸ ਵਾਲਿਆਂ ਨੂੰ ਪਤਾ ਨਹੀਂ ਉਹ ਬੰਦੇ ਬਿਨਾ ਸਲਾਹਕਾਰ ਤੇ ਕੋਈ ਕੰਮ ਕਰ ਨਹੀਂ ਸਕਦੇ ਪਹਿਲਾਂ ਰਾਜੇ ਨੇ ਸਲਾਹਕਾਰਾਂ ਦੀ ਫੌਜ ਰੱਖੀ ਪਤਾ ਨਹੀਂ ਕਿਹੜੀਆਂ ਸਲਾਹਾਂ ਲਹਾਮਨ ਤੋਂ ਪਤਾ ਨਹੀਂ ਅੱਤ ਲਗ ਗਿਆ ਕੀ ਕੀ ਆ ਸਲਾਹ ਲੈਣੀ ਕੱਲ ਸਿੱਧੂ ਨੇ ਦੋ মিডিਆ ਸਲਾਹਕਾਰ ਰੱਖ ਲਵੇ ਕਿਹੜੀ ਖਬਰ ਲਾਣੀ ਕਿਹੜੀ ਪਾਣੀ ਹੈ ਜੋ ਪਹਿਲਾਂ ਉੱਥਾ ਇੱਕ YouTube ਪਾ ਚੈਨਲ ਬਣਾਇਆ ਦਾ ਜਾਤ ਤੋਂ ਕੋ ਮੀਡੀਆ ਸਲਾਹਕਾਰ ਲਾਇਆ ਨਹੀਂ ਇਹ ਪ੍ਰਧਾਨ ਬਣ ਗਏ ਮੀਡੀਆ ਸਲਾਹਕਾਰਾਂ ਦੀ ਲੋਡ ਪੈ ਗਈ ਦੱਸੋ ਇਹ ਮਾਰੇ ਦੇਸ਼ ਕੇ ਵਿੱਚ ਮਹਾ ਹੋ ਰਿਹਾ ਪਰ ਇੱਕ ਚੁਰਚਰੀ ਖਬਰ ਸੁਣਾਵਾ ਤੁਹਾਨੂੰ ਅਫਗਾਨਿਸਤਾਨ ਪਾਕ ਹੈ ਵੀ ਉਸ ਪਾਸ ਸਸਤਾ ਡੀਜ਼ਲ ਸਸਤਾ ਪਿਆਜ਼ ਪਰ ਕਹ ਮੋਦੀ ਜਿਹਾ ਯੋ ਕਹਿ ਲੋ ਵੀ ਨੇਤਾ ਹੈ ਨਹੀਂ ਕਾ ਅਫਗਾਨਿਸਤਾਨ ਕੋਲ ਯੋ ਬਬੀਤਾ ਫਗਾੜ ਜਿਹੜੀ ਉਹ ਪਹਿਲਵਾਨਤੀ ਕੁੜੀ ਹਰਿਆਣਾ ਕੀ ਇਸ ਕਾ ਬਿਆਨ ਆਇਆ ਨਿਕਲਗਾ ਯੋ ਕੈਰੀ ਬਈ ਇਹੋ ਮੋਦੀ ਹੈ ਨਹੀਂ ਗਾ ਉਹਨਕੇ ਬਾਪ ਅਰ ਬਬੀਤਾ ਕੀ ਇਹੋ ਗੱਲ ਇਹੋ ਮਤਲਬ ਲੋਕ ਕੁਛ ਆਪਣੇ ਆਪਣੇ ਤਰਕ ਦੇ ਰਹੇ ਕੋਈ ਕੁਛ ਕਹਿ ਰਿਹਾ ਬਬੀਤਾ ਨੂੰ ਪਰ ਮੈਂ ਮੇਰੇ ਹਿਸਾਬ ਨਾਲ ਬਬੀਤਾ ਕੀ ਗੱਲ ਬਹੁਤ ਘੱਟ ਬੰਦਿਆਂ ਨੂੰ ਸਮਝ ਆਈ ਵੀ ਉਸਕਾ ਕਹਿਣੇ ਦਾ ਕੀ ਮਤਲਬ ਬਈ ਅਫਗਾਨਿਸਤਾਨ ਕੋਲ ਸਸਤਾ ਡੀਜ਼ਲ ਅਰ ਸਸਤਾ ਪਿਆਜ਼ ਪਰ ਉਹਨਾ ਪਾ ਮੋਦੀ ਜਿਸ ਤਰ੍ਹਾਂ ਦਾ ਲੀਡਰ ਨਹੀਂ ਤਾ ਅਰ ਇਹੋ ਮਤਲਬ ਉਸਕੇ ਕਹਿਣੇਗਾ ਇਹੋ ਮਤਲਬ ਵੀ ਜੇ ਮੋਦੀ ਉੱਥੇ ਹੁੰਦਾ ਉੱਥਾ ਵੀ ਤੇਲ ਦਾ ਰੇਟ 100 ਰੁਪਏ ਤੇ ਪਾਰ ਹੁੰਦਾ ਅਰ ਯੋ ਤਰੀਫ ਨਹੀਂ ਯੋ ਯੋ ਕੀਆ ਹੈ ਯੋ ਯੋ ਕਿਸੇ ਸਮਝ ਮਾ ਨਹੀਂ ਆ ਰਿਹਾ ਮਤਲਬ ਉਸਨੇ ਯੋ ਕਿਹਾ ਵੀ ਉੱਥਾ ਤੇਲ ਜੇ ਸਸਤਾ ਭਾਈ ਉੱਥਾ ਜੇ ਮੋਦੀ ਸਾਹਿਬ ਹੁੰਦੇ ਤਾਂ ਉੱਥਾ ਵੀ ਰੇਟ ਚੜ ਸਕੇਤਾ ਅਰ ਉੱਥਾ ਵੀ ਪਿਆਜ਼ ਮਹਿੰਗਾ ਹੋ ਸਕੇਤਾ ਮਤਲਬ ਉਸਨੇ ਇਸ ਤਰ੍ਹਾਂ ਸਮਝਾਣੇ ਕੋਸ਼ਿਸ਼ ਕੀਤੀ ਚਲੋ ਯੋ ਕਹ ਲੋ ਭਈ ਇਹਨੂੰ ਕਹੋ ਵੀ ਸ਼ੁਕਰ ਕਰੋ ਵੀ ਮੋਦੀ ਉੱਥਾ ਹੈ ਨਹੀਂ ਤਾਂ ਉੱਥੇ ਕਹੋ ਰਾਸ਼ਟਰਪਤੀ ਵੀ ਭੱਜ ਗਿਆ। ਅਰ ਤਾਲਿਬਾਨ ਵਾਲੇ ਤੋਂ ਕਹਿ ਰਹੇ ਕਹ ਹੈ ਵੀ ਆਪਾਂ ਤੋਂ ਕਾ ਕਿਸ ਨੂੰ ਭੱਜਣੇ ਹੀ ਤਾਂ ਦੇਣਾ ਮਾਨੂੰ ਪਤਾ ਹੀ ਬਾਤ ਮੱਲਾ ਗਿਆ। ਬਾਕੀ ਚੂਟਕਲਾ ਵਧੀਆ ਸੁਣਾਇਆ ਯੋ ਕੁੜੀ ਨੇ ਯੋ ਕਹਿ ਸਕਾਂ ਫਿਰ। ਅਰ ਈਸ ਬੀਬੀ ਨੂੰ ਮੇਰੇ ਤੋਂ ਯੋਹੀ ਸਲਾਹ ਬੰਦ ਰਹੀ ਵੀ ਈ ਵੀ ਕੁਛ ਨਹੀਂ ਵਿਗੜਿਆ। ਇੱਕ ਤੋਂ ਮਾਰੇ ਮੋਦੀ ਸਾਹਿਬ ਹੋ ਗਏ, ਇੱਕ ਆਰਐਸਐਸ ਕੇ ਮੋਹਨ ਪਾਗਵਤ ਜੀ ਹੋ ਗਏ। ਆਰ ਇਨਕੇ ਗੈਲਿਓ ਵੀ ਮਤਲਬ ਅਫਗਾਨਿਸਤਾਨ ਦੇ ਵਿੱਚ ਅੱਜ ਦੀ ਡੇਟ ਦੇ ਅੰਦਰ ਲੀਡਰਾਂ ਕੀ ਬਹੁਤ ਲੋੜ ਸਲਾਹਕਾਰਾਂ ਕੀ ਬਹੁਤ ਲੋੜ ਉੱਠਾ ਜਾ ਕੇ ਆਪਣੀਆਂ ਸੇਵਾਵਾਂ ਦੇਣੀਆਂ ਬਣਾ ਇਨਕੀਆਂ ਕਿਉਂਕਿ ਪੂਰੀ ਦੁਨੀਆ ਅਫਗਾਨਿਸਤਾਨ ਨੂੰ ਖੜਾ ਕਰਨ ਖਾਤਰ ਜੀ ਜਾਨ ਲਗਾ ਰਹੀ ਈਓ ਬਿਆਨਬਾਜ਼ੀਆਂ ਨੂੰ ਛੱਡ ਕੇ ਮਤਲਬ ਉੱਠਾ ਜਾ ਕੇ ਇਹ ਕੰਮ ਕਰਨਾ ਇਨਕਾ ਬਣਾ ਤੇ ਲੋ ਘਰ ਪੰਜਾਬ ਭਾਜਪਾ ਮਦੇ ਸੀਨੀਅਰ ਆਗੂਆਂ ਨੇ ਸਤੀਫੇ ਲਗਾਤਾਰ ਭਾਜਪਾ ਦੇ ਵਿੱਚ ਮਾ ਇਹੋ ਕਹਿ ਲੋ ਵੀ ਹਲਚਲ ਹੋ ਗਈ ਯਾਰ ਹਰਜੀਤ ਸਿੰਘ ਨੂੰ ਭੁੱਲ ਅਕਾਲੀ ਦਾ ਲਮਾਸਾ ਹामਲ ਹੋਵੇਗਾ ਔਰ ਇਸੇ ਕਰਕੇ ਜੇਪੀ ਨੱਡੇ ਨੇ ਪੰਜਾਬ ਦਾ ਜਿਹੜਾ ਉਹ ਚਾਰਜ ਬਣਾਇਆ ਵਾ ਲੰਬੜਦਾਰ ਬੀਜੇਪੀ ਕਾ ਇਸ ਨੂੰ ਬੁਲਾਇਆ ਵੀ ਕਿ ਆ ਚੱਕਰ ਬੰਦੇ ਦੋ ਸਾਰੇ ਦਬੜੀ ਜਾ ਰਹੇ ਤਾਂ ਕਰੇ ਮਾਰੇ ਤੋਂ ਪਕੜ ਬਧਿਆ ਪੰਜਾਬ ਮਾ ਇਸ ਕਰਕੇ ਨਮਾ ਕਲੇਸ਼ ਖੜਾ ਹੋ ਗਿਆ ਔਰ ਅਨਿਲ ਜੋਸ਼ੀ ਡਿਪਟੀ ਸੀਐਮ ਬਣਾਉਣੇ ਦੀ ਖਬਰ ਆ ਵੀ ਨਿਕਲ ਕਾਰੀ ਕਾ ਵੀ ਕਾਦੀ ਦਲ ਮਾ ਜਾ ਰਿਹਾ ਅਰ ਬਾਦਲ ਅਰ ਬੀਜੇਪੀ ਇਹਨਾਂ ਦਾ ਨੌ ਮਾਸ ਦਾ ਰਿਸ਼ਤਾ ਕਾਇਮ ਯੋ ਲੋਕਾਂ ਨੂੰ ਮਤਲਬ ਹੀ ਪਤ ਨਹੀਂ ਕਿਆ ਸਮਝਾਣੇ ਕੋਸ਼ਿਸ਼ ਕਰ ਰਿਹਾ ਨਹੀਂ ਬੀਜੇਪੀ ਛੱਡਣ ਵਾਲੇ ਸਾਰੇ ਅਹੁਦੇਦਾਰ ਇੱਕ ਸੋਚਣ ਵਾਲੀ ਬਾਤ ਵੀ ਬਾਦਲ ਪਾਰਟੀ ਵਿੱਚ ਜਾ ਕੇ ਸ਼ਾਮਲ ਹੋ ਰਹੇ ਕਿਸੇ ਦੂਸਰੀ ਪਾਰਟੀ ਵਿੱਚ ਕਿਉਂ ਨਹੀਂ ਜਾ ਰਹੇ ਕਿਉਂ ਨਹੀਂ ਜਾ ਰਹੇ ਉੱਥਾ ਬਾਦਲ ਪਾਰਟੀ ਵਿੱਚ ਕਿਉਂ ਜਾ ਰਹੇ ਇਸ ਦਾ ਯੋ ਮਤਲਬ ਵੀ ਬਾਦਲ ਸਾਹਿਬ ਅਰ ਬੀਜੇਪੀ ਇਨਕਾ ਪਤੀ ਪਤਨੀ ਦਾ ਰਿਸ਼ਤਾ ਤਾਂ ਪਰ ਅਜੇ ਤੱਕ ਯੋ ਨਹੀਂ ਪਤਾ ਲੱਗਿਆ ਕਿਸੇ ਨੂੰ ਵੀ ਪਤੀ ਕੌਣ ਔਰ ਪਤਨੀ ਕੌਣ ਔਰ ਯੋ ਕਹਿ ਲੋ ਵੀ ਪਾਜ ਪਾ ਯੋ ਪੰਜਾਬ ਮਾ ਸਿੱਧੀ ਤੋਂ ਆ ਨਹੀਂ ਸਕਦੀ ਯੋ ਕਹਿ ਲੋ ਵੀ ਵਾਇਆ ਅਕਾਲੀ ਦਲ ਹੋ ਕਾ ਯੋ ਪੰਜਾਬ ਕੇ ਵਿੱਚ ਮਾ ਆਪਣੀ ਐਂਟਰੀ ਮਾਰਨ ਕੇ ਚੱਕਰ ਮਾ ਯੋ ਵੀ ਹੋ ਸਕਦਾ ਇਸ ਕਰ ਕਾ ਯੋ ਕਹਿ ਲੋ ਵੀ ਸਾਰੇ ਬੰਦੇ ਜਿਹੜੇ ਅਕਾਲੀ ਦਲ ਨੂੰ ਜੁਆਇਨ ਕਰ ਰਹੇ ਹੋਰ ਪਾਰਟੀ ਨੂੰ ਜੁਆਇਨ ਨਹੀਂ ਕਰਦੇ ਹਰ ਯੋ ਕਲੋਬੀਰਾ ਇਕ ਬੋਟਰ ਕੀ ਖਬਰ ਵੀਡੀਓ ਥਾਨਾ ਬਹੁਤ ਦੇਖੀ ਨਹੀਂ ਵਾਇਰਲ ਹੋ ਰਹੀ ਆਡਿਓ ਉਸਨੇ ਕਾਲੀ ਕੇ ਯੋ ਕਾਂਗਰਸ ਦਾ ਐਮਐਲਏ ਇਸ ਨੂੰ ਟੈਲੀਫੋਨ ਲਾ ਲਿਆ ਯੋ ਜਿਹੜਾ ਉੱਥਾ ਪਹਿਲਾ ਆਮ ਆਦਮੀ ਪਾਰਟੀ ਦਾ ਫਿਰ ਯੋ ਪੀਰਮਲ ਯੋ ਫਿਰ ਚਲੇਗਾ ਕਾਂਗਰਸ ਬਹੁਤਾ ਯੋ ਐਮਐਲਏ ਸਾਹਿਬ ਨੇ ਗਾਲਾਂ ਕੱਢਤੀਆਂ ਅੱਗਾ ਹਰ ਗਾਲਾਂ ਕੱਢੀਆਂ ਆ ਰਿਓ ਵਾਇਰਲ ਹੋ ਗਈ ਬਾਤ ਆਰੇ ਇਸਕੇ ਨਾਂ ਦੇ ਪਿੱਛਾ ਖਾਲਸਾ ਲੱਗ ਰਿਹਾ ਇਸ ਕਰ ਕਾ ਜ਼ਿਆਦਾ ਚੱਕਰ ਪੈ ਗਿਆ ਬਾਕੀ ਵੀਰੋ ਕਹਿ ਲਿਓ ਵੀ ਜਿਹੜਾ ਜਿਸ ਦੀ ਮਰਜ਼ੀ ਅਗਲਾ ਜਿਹੜੀ ਮਰਜ਼ੀ ਪਾਰਟੀ ਜੁਆਇਨ ਕਰੇ ਇਸ ਇਸ ਦੇ ਵਿੱਚ ਮੈਂ ਕੋਈ ਕਿਸੇ ਕੇ ਉੱਪਰ ਜ਼ੋਰ ਨਹੀਂ ਕਰ ਸਕਦਾ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਹੈ ਬਾਕੀ ਜੱਗੇ ਕੇ ਬੋਲਣ ਦਾ ਤਰੀਕਾ ਗਲਤ ਤਾਂ ਯੋ ਦੇਖੋ ਵੀਰ ਚਲੋ ਮਾਨ ਮਰਿਆਦਾ ਹੋਵਾ ਪਾਰਟੀ ਛੱਡ ਕਾ ਗਿਆ ਚਲੋ ਦੁਖੋ ਹੋਵਾ ਬੰਦਿਆਂ ਨੇ ਜਿਨ੍ਹਾਂ ਨੇ ਸਪੋਰਟ ਕਰੀ ਪਰ ਜੀਸਸ ਸਾਹਿਬ ਗੱਲ ਬਾਤ ਬੋਲਿਆ ਫਿਰ ਵੀ ਅਗਲੇ ਨੇ ਇਹ 31 52 ਤੋਂ ਮੋੜ ਕਾ ਦੇਣਾ ਹੀ ਥਾ ਇਹ ਹੋਇਆ ਆਰ ਇਹ ਕਹ ਰਹੇ ਜੀ ਇਸ ਨੂੰ ਕੌਣ ਖਾਲਸਾ ਕਹੇਗਾ ਇਹ ਗਾਲਾ ਕਾ ਡਰਾ ਕਿਤਰਾ ਇਸ ਤਰ੍ਹਾਂ ਲੱਗ ਰਿਹਾ ਵੀ ਇਹਨੂੰ ਪੰਚੜੀ ਪੰਚਾ ਪੰਚੀ ਕਾ ਸਰਪੰਚੀ ਇਹ ਜਿੱਤਨੀ ਵੀ ਔਖੀ ਹੋ ਜਾਏਗੀ ਮਤਲਬ ਇਹ ਕੋਈ ਗੱਲ ਬਣਦੀ ਨਹੀਂ ਦੇਖੋ ਜੀ ਕਹੋ ਜੀ ਕਹਾਓ ਇਹ ਹੋਵਾ আর ਅਗਲਾ ਗਲਤ ਬੋਲਿਆ ਫਿਰ ਅਗਲੇ ਨੇ ਵੀ ਦੇਤੇ 21 ਕਾ 31 আর ਦਰ ਸਕਵੀਰ ਬਾਦਲ ਕਾ ਕਿਸਾਨਾਂ ਨੇ ਜ਼ਬਰਦਸਤ ਵਿਰੋਧ ਕਰਿਆ ਜੀਰੇ ਦੇ ਵਿੱਚ ਮਾਂ ਕਾਲੀਆਂ ਨੂੰ ਪੈ ਗਈ ਭੱਜੜਾ ਯੋ ਮਤਲਬ ਜੀਰੇ ਤੇ ਤੜਕਾ ਲੱਗ ਗਿਆ ਸਰ ਲੋਕੀ ਨੂੰ ਪੰਡਾ ਹਾਲੇ ਤੋਂ 99 ਦਿਨ ਪਾਏ ਹੈ ਆਰ ਯੋ ਲੈਣ ਯੋ ਕਹ ਰਦਾ ਬਾਦਲ ਖਾ ਮੈਂ ਫੀਡਬੈਕ ਲੈ ਕੇ ਆਇਆ ਯੋ ਬਿਲਕੀ ਫੀਡਬੈਕ ਪਹਿਲੇ ਦਿਨੇ ਕੀ ਕੀ ਆ ਪੰਜਾਬ ਕੇ ਹਾਲਾਤ ਹੈ ਹੈ ਆਰ ਬਾਦਲ ਨੇ ਯੋ ਮਤਲਬ ਯੋ ਕੈਲੋਬੀਰਾ ਇਬਜਾਕਾ ਬਾਪੂ ਬਾਦ ਨੂੰ ਵੀ ਕੀ ਹੋਏਗਾ ਅਭੀ ਟੈਲੀਫੋਨ ਤਾਂ ਕਰੇ ਹੋਣਾ ਅਭੀ ਹੈ ਤਾਂ ਕਿ ਜਿਹੜੀ ਉਹ ਮਿਲੀ ਬੱਗ ਬਹੁਤ ਕੋਈ ਸਪਰੇ ਨਹੀਂ ਕੰਮ ਕਰ ਰਹੀ ਝਾੜ ਐਤ ਕੀ ਘਟ ਸਕਾ ਇਸ ਤਰ੍ਹਾਂ ਦੀ ਉਮੀਦਾਂ ਵੀ ਉਹ ਕਰੀਆਂ ਆਉਣੀਆਂ ਸਾਂਝੀਆਂ ਕਿਉਂਕਿ ਇਹ ਉਹ ਪਹਿਲਾ ਬੀਬੀ ਇਹ ਹਰ ਸਿਮਰਤ ਕੋਰ ਬਾਦਲ ਸਖਬੀਰ ਬਾਦਲ ਆਰ ਬੜੇ ਬਾਦਲ ਸਾਹਿਬ ਇਹ ਬਾਪੂ ਬਾਦਰਖਾਂਜੀ ਇਹ ਖੇਤੀ ਨੂੰ ਬਹੁਤ ਚੰਗਾ ਦੱਸ ਰਹੇ ਤੇ ਇਹ ਵੀ ਦੱਸ ਵੀ ਲੋਕਾਂ ਦਾ ਕੀ ਦੱਸਾਂਗੇ ਵੀ ਬੰਨਾ ਕਾਨੂੰਨ ਪਹਿਲਾਂ ਠੀਕ ਲਗਿਆ ਮੰਨੂ ਫੇਰ ਜਦ ਲਗਿਆ ਵੀ ਗਲਤ ਫੇਛੜ ਤੇ ਮੰਨ ਇਹੋ ਕਹ ਲੋ ਆਰ ਲੋਕਾਂ ਕੀ ਉਹ ਕਾ ਵੀ ਸਮਝ ਇਹ ਵੀ ਉਹ ਨਹੀਂ ਆ ਰਹੀ ਮੰਨੂ ਅੱਧੇ ਬੰਦੇ ਝੰਡੇ ਚੱਕੀ ਫਿਰ ਰਹੇ ਕਾਦੀਆਂਗੇ ਅੱਧੇ ਬੰਦੇ ਝੰਡੇ ਚੱਕੀ ਫਿਰ ਰਹੇ ਕਿਸਾਨੀਗੇ ਇਬ ਵਿਰੋਧੀ ਪਾਰਟੀਆਂ ਵਾਲੇ ਕਹ ਰਹੇ ਜੀ ਕਾ ਇਨਕੇ ਬੰਦੇ ਉਹਨਕੇ ਬੰਦੇ ਪਰ ਬਾਤ ਯੋ ਪੱਕੀ ਵੀ ਜਿਹੜੇ ਝੰਡੇ ਚੱਕੀ ਫਿਰ ਰਹੇ ਅੱਧੇ ਵਿੱਚ ਯੋ ਕਹਿ ਵੀ ਕਿਸਾਨਾਂ ਵਾਲੇ ਪਾਸੇ ਕਿਸਾਨ ਔਰ ਅੱਧੇ ਸਪੋਰਟਰ ਜਿਹੜੇ ਕਾਦੀਦਲ ਕੇ ਯੋ ਵੀ ਵਿੱਚ ਹੈ ਕਿਸਾਨ ਯੋ ਵੀ ਮੰਨਣਾ ਪਾਵੇਗਾ ਫਿਰ ਯੋ ਗਰੰਟੀ ਕਿਉਂਕਿ ਫੇਰ ਵੀ ਪਸਤੈਨੀ ਪੁਰਾਣੀ ਪਾਰਟੀਆਂ ਜਿਹੜੇ ਬੰਦੇ ਜੁੜੇ ਹੋਏ ਬਾ ਕਿੱਥਾ ਆਟਾ ਹੈਂ ਜਿਹੜੇ ਮੋਟਰਸਾਈਕਲ ਆ ਗੱਡੀਆਂ ਪਾ ਯੋ ਮਗਰ ਮਗਰ ਫਿਰ ਰਹੇ ਯੋ ਵੀ ਤੋ ਮਤਲਬ ਕਹਿ ਲਿਓ ਵੀ ਕੋਈ ਨਾ ਕੋਈ ਤੋ ਬਾਤ ਹੈ ਆਰ ਵੀ ਉਧਰ ਜੋ ਥਾਰੇ ਗਾ ਸੁਖਬੀਰ ਬਾਦਲ ਕੀ ਬਾਤ ਕਰਾਇਆ ਸੁਖਬੀਰ ਬਾਦਲ ਦਾ ਸਾਲਾ ਆਕਾਲੀ ਦਲ ਦਾ ਪੱਠਾ ਬਿਠਾਵੇਗਾ ਯੋ ਗੱਲ ਕਹ ਮੈਂ ਬੜੇ ਬਾਦਲ ਨੂੰ ਕਹੀ ਸੀ ਯੋ ਕੌਣ ਕਹਿ ਰਿਹਾ ਕੁਲਜੀਤ ਨਾਗਰਾ ਯੋ ਕਾਂਗਰਸ ਪਾਰਟੀ ਦਾ ਇਸਕਾ ਗੱਲ ਬਿਆਨ ਸੁਣਿਆ ਮੇਰਾ ਕਾ ਬੀਯੋ ਵਿਕਰਮ ਜਿਠਿਆ ਆਕਾਲੀ ਦਲ ਦਾ ਪੱਠਾ ਬਿਠਾਏਗਾ ਕਾ ਮੈਂ ਤੋ ਬਾਦਲ ਸਾਹਿਬ ਨੂੰ ਪਹਿਲੇ ਹੀ ਕਹ ਦਿੱਤਾ ਸੀ ਚਲੋ ਇਸ ਕੀ ਸੁਲੋ ਪਾਰਿਓ ਕਹ ਲੋ ਵੀਰ ਯੋ ਸਿਆਸਤ ਇਸਕਾ ਕੁਛ ਨਹੀਂ ਪਤਾ ਯੋ ਕਿਆ ਪਤਾ 1 ਸਾਲ ਬਾਅਦ ਯੋ ਮਤਲਬ ਨਾਗਰਾ ਸਾਹਿਬ ਯੋ ਵੀ ਕਹਿ ਸਕਾ ਵੀ ਮੈਂ ਕੈਪਟਨ ਸਾਹਿਬ ਨੂੰ ਔਰ ਮੈਂ ਸੋਨੀਆ ਗਾਂਧੀ ਜੀ ਨੂੰ ਔਰ ਮੈਂ ਰਾਹੁਲ ਗਾਂਧੀ ਜੀ ਨੂੰ ਔਰ ਮੈਂ ਪ੍ਰਿੰਕਾ ਗਾਂਧੀ ਜੀ ਨੂੰ ਵੀ ਕਿਹਾਤਾ ਵੀ ਯੋ ਸਿੱਧੂ ਵੀ ਮਤਲਬ ਕੁਛ ਕਰ ਸਕਾ ਅਰਥਾ ਨਾ ਮੇਰੀ ਗੱਲ ਸੁਣੀ ਨਹੀਂ ਔਰ ਬਾਹੀ ਬਾਤ ਬਣ ਗਈ ਯੋ ਵੀ ਹੋ ਸਕਾ ਹਰ ਬਾਕੀ ਨਵਜੋਤ ਕੌਰ ਲੰਬੀ ਕਹਾ ਅਕਾਲੀ ਦਲ ਮੈਂ ਸ਼ਾਮਲ ਹੋ ਰਹੀ ਉਹ ਖਬਰਾਂ ਨਿਕਲ ਕਾਰੀਆਂ ਕਿਉਂਕਿ ਦਿੱਲੀ ਦੇ ਵਿੱਚ ਮਾਂ ਗੁਰਦੁਆਰੇ ਗਿਆ ਵੋਟਾਂ ਪੈ ਰੀਆਂ ਔਰ ਉਸ ਦੇ ਵਿੱਚ ਮਾਂ ਅਕਾਲੀ ਦਲ ਦਾ ਇੱਕ ਲੀਡਰ ਖੜਿਆ ਉਸ ਦਾ ਪ੍ਰਚਾਰ ਕਰਦੀ ਦਿਖੀ ਬੀਬੀ ਇਸ ਕਰਕੇ ਕਾ ਯੋ ਖਬਰ ਬੀਬੀ ਕੇ ਨਾਲ ਜੁੜ ਗਈ ਕਹਾ ਬੀਬੀ ਯੋ ਇਬ ਜਲਦੀ ਅਕਾਲੀ ਦਲ ਮੈਂ ਸ਼ਾਮਲ ਹੋਵੇਗੀ ਯੋ ਕਹਿ ਲਿਓ ਵੀ ਲਿਆਤਿਆ ਇਨਕਲਾਬ ਨਵਜੋਤ ਕੌਰ ਲੰਬੀ ਨੇ ਪੰਜਾਬ ਕੀ ਸਿਆਸਤ ਮਾਂ ਨਵਜੋਤ ਕੋ ਲੰਬੀ ਯੋ ਨਸੇ ਦੇ ਵਿਰੁੱਧ ਬੋਲੇ ਕਰਦੀ ਕਿ ਸਰਿਆਮ ਅਕਾਲੀ ਦਲ ਨੂੰ ਨਸਿਆਂ ਦਾ ਸੌਦਾਗਰ ਕਹਿ ਕਰਦੀ ਪਰ ਇਹ ਮਨ ਸਮਝ ਬਾਰੇ ਕਿ ਅਕਾਲੀ ਦਲ ਮੈਂ ਕੱਲ ਨੂੰ ਸ਼ਾਮਿਲ ਹੋ ਗਈ ਅਕਾਲੀ ਦਲ ਮੈਂ ਸ਼ਾਮਲ ਹੋ ਕਾ ਫਿਰ ਲੋਕ ਇਸ ਨੂੰ ਕੀ ਕਹਾਂਗੇ ਤਾਂ ਵੀ ਕੱਲ ਤੋਂ ਯੋ ਕਹਿ ਰਹੀ ਅੱਜ ਯੋ ਕਿਤਰਾ ਹੋ ਗਿਆ ਮਤਲਬ ਨਿਕਲ ਗਈ ਫੂਕ ਆਮ ਆਦਮੀ ਪਾਰਟੀ ਕੇ ਬ੍ਰਾਂਡ ਐਮੈਸਟਰ ਕੀ ਯੋ ਕਹਿ ਸਕਾਂ ਮਾ ਕਹਿਦੇ ਆਮ ਆਦਮੀ ਪਾਰਟੀ ਦਾ ਬ੍ਰਾਂਡ ਐਮੈਸਟਰ ਯੋ ਕੁੜੀ ਆਰ ਇਸ ਨੂੰ ਕਹਾ ਵੀ ਚੱਕਮਾ ਚੂਲਾ ਯੋ ਹੁੜ ਯੋ ਦਵਾ ਦੇਗਾ ਯੋ ਬਾਦਲ ਸਾਹਿਬ ਨੂੰ ਕਹੇ ਰਾਸੰਗਾ ਸਣ ਦਵਾ ਦੇਗੀ ਫੇਸਬੁਕ ਬਾ ਯੋ ਚਾਰ ਫੋਟੋਆਂ ਪਾ ਕੇ ਜੇ 4 ਲੱਖ ਆ ਜਾ ਯੋ ਬੰਦੇ ਆਪਣੇ ਆਪ ਨੂੰ ਨਿਊ ਟੂ ਸਾਈਟਰਾਂ ਵਾਲਾ ਸਮਝਣ ਲੱਗ ਜਾ ਆ ਬਈ ਆਪਾਂ ਤੋਂ ਇਤਨੀ ਚੜਾਈ ਹੋ ਗਈ ਹੈ ਔਰ ਯੋਹੀ ਕੰਮ ਹੋਇਆ ਚਲੋ ਖੜ ਔਰ ਇੱਕ ਖਬਰ ਹੋਰ ਥਾਰੇ ਦਾ ਸਾਂਝੀ ਕਰਾ ਅਫਗਾਨਿਸਤਾਨ ਦੀ ਅਫਗਾਨੀਆਂ ਨੂੰ ਕਹੇ ਬੀਬ ਸਿਰਫ ਮੋਦੀ ਬਾਦੇ ਉਮੀਦ ਔਰ ਬਾ ਕਹਰੇ ਪਾਕਿਸਤਾਨ ਮਨਪ੍ਰੋਸਾ ਹੈ ਨੀਓ ਖਬਰ ਇੱਕ ਨੈਸ਼ਨਲ ਚੈਨਲ ਕੇ ਉਪਰ ਪੜ੍ਹੀ ਦੀ ਮੈਂ ਵਾਹ ਕਹਿ ਰਹੇ ਅਫਗਾਨੀਆਂ ਨੂੰ ਔਰ ਔਰ ਮੀਡੀਆ ਵਾਲਿਆਂ ਨੂੰ ਸਮਝਵਾ ਨਹੀਂ ਆਉਂਦੀ ਹੈ ਮੀਡੀਆ ਵਾਲੇ ਇਹ ਇਹ ਪਤਾ ਨਹੀਂ ਖਾਹਰਾ ਪੂੜੀਆਂ ਪਾੜਦੇ ਨਹੀਂ ਪਤਾ ਨਹੀਂ ਹੈ ਇਹ ਅਫਗਾਨਿਸਤਾਨ ਵਾਲਿਆਂ ਨੇ ਤਾਂ ਇਹ ਕਹਿ ਲੋ ਬਈ ਇਹ ਭਾਰਤ ਦਾ ਜਿਹੜਾ ਜਿਸਕੇ ਉੱਲ ਜਿਆਦਾ ਲਗਾ ਚੀਨ ਚੀਨ ਵਾਲਿਆਂ ਗਲਾਤਮ ਲਾ ਲਿਆ ਸਾਰੀ ਡਿਪਲੋਮੈਟੀ ਤੋਂ ਚੀਨ ਕਰੇਗਾ ਇਹ ਥਮ ਹੋਈ ਪ੍ਰਧਾਨ ਜੀ ਨੂੰ ਨਾ ਵੀ ਹਵਾ ਦੇ ਦੇ ਕਹਿੰਦਾ ਪ੍ਰਧਾਨ ਜੀ ਨੂੰ ਕਿਤੇ ਉੱਥਾ ਅਫਗਾਨਿਸਤਾਨ ਵਾਲੇ ਯਾਜਮਾਨ ਬਿਠਾ ਦਿਓ ਇਹ ਹੋ ਜਾਏ ਕੰਮ ਹੈ ਔਰ ਬਾਕੀ ਉਮੀਦ ਵੀ ਦੇਖੋ ਕਿੱਥੇ ਤੇ ਕਰ ਰਹੇ ਮੈਂ ਸਾਂ ਤੇ ਬਾਹਰ ਆ ਰਿਹਾ ਚਲੋ ਦੇਸ਼ ਦਾ ਜੋ ਹਾਲ ਹੈ ਆਪਾਂ ਸਾਰੇ ਦੇਖ ਰਹੇ ਪਰ ਅਫਗਾਨਿਸਤਾਨ ਦੇ ਵਿੱਚ ਮੱਝਗੀ ਡੇਟਮਾ ਕਾਫੀ ਹਾਲਾਤ ਚਿੰਤਾਜਨਕ ਬਣੇ ਵੇ ਆਰ ਜੋਬ ਬਰਡਨ ਉੱਥਾ ਕੱਲ ਕਹਿ ਰਿਆ ਦਾ ਖਬਰ ਕਾਜਾ ਦੀ ਉਹੀ ਨਹੀਂ ਲੜੇ ਕਹਾ ਫਿਰ ਆਪਾਂ ਬਣਦੇ ਥੋੜੇ ਘਟਾਣੇ ਹੈ ਬਾਕੀ ਤੋਂ ਹੈ ਹੀ ਆ ਇਹ ਥਾਰੇ ਘਰਾਂ ਜਾ ਕੇ ਕੋਈ ਬੰਦਾ ਖੜਿਆ ਬਈ ਬਾਈ ਇਹਨੇ ਕੇ ਕਾਬਜਾ ਨਹੀਂ ਥੰਮ ਕਰ ਸਕਦੇ ਆ ਜੀਨ ਕੀ ਜ਼ਮੀਨ ਅਗਲੇ ਪਿੱਛਾ ਲੰਘ ਗਏ ਫਿਰ ਅਗਲੇ ਨੇ ਥੋੜੀ ਮੂੰਹ ਕਟਾਣਾ ਬਣਾ ਅਗਲਾ ਕਹਾ ਚੜਿਓ ਜਾਜਾ ਮੈਂ ਬੈਠੋ ਬਣਾ ਬਣਾ ਚਲੋ ਘਰਾਂ ਨੂੰ ਉੱਥਾ ਅਮਰੀਕਾ ਉਹੀ ਦੇਖ ਲਓ ਪੱਕੀ ਤਨੇ ਸਾਲਾਂ ਤੇ ਉੱਥਾ ਫੌਜੀ ਸੁੱਕਣੇ ਪਾਏ ਵੇ ਤੇ ਯੋ ਵਿਚਾਰੇ ਬਣ ਕਰ ਨੂੰ ਆ ਗਏ ਉਹ ਕਹਾਰਾ ਆਪਾ ਤੋਂ ਕਹਾ ਇਹ ਥੇਕਾ ਥੋੜੀ ਲੈ ਲਿਆ ਕਹਾ ਲੰਬਾਈ ਇਤਨੀ ਪਤਨੀ ਕਦ ਤੱਕ ਚਲੇਗੀ ਉਹ ਲੜਾਈ ਯੋ ਕੱਲ ਮੈਂ ਬਿਆਨ ਸੁਣ ਰਿਹਾ ਦਾ ਜੋ ਬਾਇਡਰ ਨਗਾ ਹਰ ਕਮਲਾ ਹਰ ਸਵੀ ਕਹ ਰਹੀ ਸੀ ਕਹਾ ਜੋ ਫੈਸਲਾ ਹੋਇਆ ਕਹਾ ਬਦੀਆ ਕਰਿਆ ਜੀ ਕਹਾ ਥੰਮ ਤੂੰ ਰੌਲਾ ਇਹੋ ਕੰਮ ਹੋ ਗਿਆ ਚਲੋ ਖैर ਲਾਡਾ ਡਿਸਕਨਰੀ ਪ੍ਰੋਗਰਾਮ ਦੇ ਵਿੱਚ ਮੈਂ ਕਈ ਬੰਦੇ ਬਹੁਤ ਕਮੈਂਟ ਕਰਾਂ ਮੀਓ ਬਾਕੀਆ ਪ੍ਰੋਗਰਾਮ ਕਿੱਥਾ ਚਲਾ ਯੋ ਵੀਰ ਪ੍ਰੋਗਰਾਮ ਜਿਹੜਾ ਆਪਾਂ ਜੇ ਥੰਨੇ ਹੋਰ ਵੀ ਸੁਣਨਾ ਥਮ ਡਬਲਯੂਟੀਓਆਰ 770 ਐਮ ਯੋ ਟ੍ਰਾਂਟੋ ਦੇ ਵਿੱਚ ਮਾ ਰੇਡੀਓ ਰੌਣਕ ਪੰਜਾਬ ਦੀ ਉਸਕੇ ਉੱਪਰ ਜਾਗਾ ਵੀ ਥਮ ਮਾਰੇ ਪ੍ਰੋਗਰਾਮ ਅਨੰਦ ਲਈ ਸਗਾ ਉੱਥਾ ਮਾਰਾ ਹੋਰਨ ਪਲੀਜ਼ ਪ੍ਰੋਗਰਾਮ ਚਲਾ ਭਾਖਨੇ ਅਮਲੀਗਾ ਔਰ ਇਸਕੇ ਵਿੱਚ ਮੈਂ ਬਿਮਾਰੀਆਂ ਚੁਰਚਰੀਆਂ ਖਬਰਾਂ ਥਾਰੇ ਗਏ ਲੋ ਮਾ ਆਰ ਮਾਰਾ ਲਗ ਲਗ ਟੇਸਟ ਹੋਵਾ ਹਰੇਕ ਪ੍ਰੋਗਰਾਮ ਕਾਰ ਉੱਥਾ ਵੀ ਜਾ ਕਾ ਥਮ 1350 ਕੇ ਉੱਪਰ ਵੀ ਜਾ ਕਾ ਮਾਰਾ ਪ੍ਰੋਗਰਾਮ ਸੁਣ ਸਕਾ ਢੀ ਕੇ ਵਿੱਚ ਉੱਥਾ ਵੀ ਮਾਰਾ ਪ੍ਰੋਗਰਾਮ ਚਲਾ ਬਿਰ ਯੋ ਅਪਰੋ ਕਈ ਜਗ੍ਹਾ ਯੋ ਕੈ ਲੋ ਬਿਰ ਪਲੱਗ ਪਿੰਨ ਫਸਾਏ ਬੇ ਜਿੱਦਰ ਨੂੰ ਯੋ ਸੂਟ ਆ ਜਾ ਉਧਰ ਹੀ ਚੱਲ ਜਾ ਖੈਰ ਹੀਬ ਪ੍ਰੋਗਰਾਮ ਕੇ ਵਿੱਚ ਮਾਂ ਟਾਈਮ ਆ ਗਿਆ ਛੋੜੇ ਬ੍ਰੇਕ ਆ ਬ੍ਰੇਕ ਤੇ ਬਾਅਦ ਲਗਾਤਾਰ ਕੰਟੀਨਿਊ ਖਬਰ ਇਤਨੀ ਥਾਰੇ ਗੱਲ ਚੱਲੇਂਗਾ ਪਰ ਪਹਿਲਾ ਲੇ ਹਾਂ ਆਪਾਂ ਇੱਕ ਛੋਟੀ ਜੀ ਬ੍ਰੇਕ